ਲੁਧਿਆਣਾ ਵਿੱਚ ਸ਼ਿੰਗਾਰ ਸਿਨੇਮਾ ਦੇ ਪਿੱਛੇ ਰਣਜੀਤ ਸਿੰਘ ਪਾਰਕ ਨਾਮਕ ਇਲਾਕੇ ਵਿੱਚ ਸਥਿਤ ਮਿੰਟੂ ਹੌਜ਼ਰੀ ਨਾਮਕ ਫੈਕਟਰੀ ਵਿੱਚ ਅੱਗ ਲੱਗ ਜਾਣ ਤੋਂ ਲੱਖਾਂ ਰੁਪਏ ਦੀ ਕੀਮਤ ਦਾ ਤਿਆਰ ਅਤੇ ਕੱਚਾ ਮਾਲ ਜਲ ਕੇ ਰਾਖ ਹੋ ਗਿਆ। ਇਸ ਫੈਕਟਰੀ ਦੇ ਅੰਦਰ ਗਰਮ ਕੱਪੜਿਆਂ ਦੀ ਮੈਨੂਫੈਕਚਰਿੰਗ ਕੀਤੀ ਜਾਂਦੀ ਸੀ। 4 ਮੰਜ਼ਿਲਾ ਬਣੀ ਇਸ ਫੈਕਟਰੀ ਦੀ ਹਰ ਮੰਜ਼ਿਲ 'ਤੇ ਰੱਖਿਆ ਮਾਲ ਇਸ ਅੱਗ ਦੀ ਚਪੇਟ ਵਿੱਚ ਆ ਗਿਆ। ਲੁਧਿਆਣਾ ਤੋਂ ਬਾਬੀ ਕਾਠੀਆ ਦੀ ਰਿਪੋਰਟ, ਚੈਨਲ 2।